ਸਤਿ ਸ਼੍ਰੀ ਅਕਾਲ ਦੋਸਤੋ, ਆਇਲਸ ਪਲਾਜ਼ਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਗੱਲ ਕੈਨੇਡਾ ਤੋਂ ਆਈਆਂ ਖਬਰਾਂ ਦੀ ਕਰਾਂਗੇ, ਜੋ ਨਵੀਆਂ ਅਪਡੇਟ ਆਪਣੇ ਕੋਲ ਇਮੀਗ੍ਰੇਸ਼ਨ ਦੇ ਵੱਲੋਂ IRCC ਦੇ ਵੱਲੋਂ ਆਉਂਦੀਆਂ ਨੇ, ਉਹ ਆਪਾਂ ਤੁਹਾਡੇ ਨਾਲ ਟਾਈਮ ਦੇ ਉੱਤੇ ਸ਼ੇਅਰ ਕਰਦੇ ਰਹਿੰਦੇ ਹਾਂ। ਅਤੇ ਅੱਜ ਵੀ ਜੋ ਨਵੀਂ ਅਪਡੇਟ ਆਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਰੀ ਜਾਣਕਾਰੀ ਦੇ ਲਈ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ, ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅੱਗੇ ਚੱਲ ਕੇ ਜੋ ਵੀ ਅਪਡੇਟਾਂ ਮਿਲਦੀਆਂ ਰਹਿਣ ਆਪਾਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਾਉਂਦੇ ਰਹੀਏ। ਜਿਵੇਂ ਕਿ ਤੁਹਾਨੂੰ ਪਤਾ ਵੀ ਜਿਹੜੇ ਬੱਚੇ ਡਿਗਰੀ ਕੋਰਸ ਲੈ ਕੇ ਜਾਂਦੇ ਆ, ਡਿਪਲੋਮਾ ਕੋਰਸ ਲੈ ਕੇ ਜਾਂਦੇ ਆ 12th ਤੋਂ ਬਾਅਦ, 12ਵੀਂ ਤੋਂ ਬਾਅਦ ਉਹ ਆਪਣੇ ਸਪਾਊਸ ਨੂੰ ਜਿਹੜਾ ਕਿ ਨਹੀਂ ਸੱਦ ਸਕਦੇ, ਅਤੇ ਹੁਣ ਜਿਹੜੇ ਇਹ ਸਪਾਊਸ ਨੂੰ ਸੱਦਣ ਦਾ ਆਖਿਰ ਰਾਹ ਕੀ ਹੈ, ਤਾਂ ਸਬ ਤੋਂ ਪਹਿਲਾਂ ਤੁਸੀਂ ਆਪਣਾ ਡਿਗਰੀ ਕੰਪਲੀਟ ਕਰਦੇ ਹੋ ਜਿਹੜੀ ਕਿ ਤੁਹਾਡੀ 2 ਸਾਲਾਂ ਦੀ ਹੁੰਦੀ ਹੈ, ਗ੍ਰੈਜੂਏਸ਼ਨ ਤੁਸੀਂ ਕੰਪਲੀਟ ਕਰਦੇ ਹੋ ਕੈਨੇਡਾ ਵਿੱਚ, ਅਤੇ ਉਹ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਜਿਹੜਾ ਕਿ ਮਾਸਟਰ ਜਦੋਂ ਪ੍ਰੋਗਰਾਮ ਲੈਂਦੇ ਹੋ, ਇਹ ਜਿਹੜਾ ਮਾਸਟਰ ਪ੍ਰੋਗਰਾਮ ਹੋਵੇਗਾ ਕੈਨੇਡਾ ਦੇ ਵਿੱਚ 1 ਸਾਲ ਦਾ ਹੁੰਦਾ ਗਾ, ਤਾਂ ਤੁਹਾਨੂੰ ਜਿਹੜਾ ਕਿ ਡਿਪਲੋਮਾ ਔਰ ਸਰਟੀਫਿਕੇਟ ਕੋਰਸ ਨਹੀਂ ਲੈਣਾ ਚਾਹੀਦਾ, ਤੁਸੀਂ ਮਾਸਟਰ ਕੋਰਸ ਲੈ ਸਕਦੇ ਹੋ। ਇਹ ਮਾਸਟਰ 1 ਸਾਲ ਦੀ ਕਰਨ ਤੋਂ ਬਾਅਦ ਤੁਸੀਂ 3 ਸਾਲ ਦਾ ਵਰਕ ਪਰਮਿਟ ਲੈਣ ਦੇ ਲਈ ਐਲੀਜੀਬਲ ਹੋ ਜਾਂਦੇ ਹੋ। ਪਲੱਸ ਅਤੇ ਮਾਸਟਰ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਨੇ, ਮਾਸਟਰ ਦੇ ਸਟੂਡੈਂਟ ਹੋਣਗੇ, ਉਹ ਆਪਣੇ ਸਪਾਊਸ ਨੂੰ ਵੀ ਕੈਨੇਡਾ ਦੇ ਵਿੱਚ ਇਨਵਾਈਟ ਕਰ ਸਕਦੇ ਆ। ਇਹ ਇਕੱਲਾ ਰਾਹ ਬਚਦਾ ਹੁਣ, ਕਿਉਂਕਿ ਕਈ ਫਾਈਲਾਂ ਫਸੀਆਂ ਹੋਈਆਂ ਨੇ, ਕਈ ਸਪਾਊਸ ਫਸੇ ਹੋਏ ਨੇ ਜਿਨ੍ਹਾਂ ਦੇ ਜਿਹੜੇ ਕਿ ਸਟੂਡੈਂਟ ਸੀ ਉਹ ਪਹੁੰਚ ਚੁੱਕੇ ਆ, ਪਰ ਉਹ ਜਿਹੜੇ 12th ਪਾਸ ਆਊਟ ਸੀ, ਇਸ ਕਰਕੇ ਜਿਹੜੇ ਉਹਨਾਂ ਦਾ ਸਪਾਊਸ ਆ ਉਹ ਇੰਡੀਆ ਵਿੱਚ ਹੀ ਆ, ਅਤੇ ਉਹ ਉਡੀਕ ਕਰ ਰਿਹਾ ਵੀ ਕਿਸ ਤਰੀਕੇ ਹੁਣ ਨਵਾਂ ਰਾਹ ਨਿਕਲੇ। ਤਾਂ ਰਾਹ ਫਿਲਹਾਲ ਦੀ ਘੜੀ ਇੱਕੋ ਬਚਦਾ ਵੀ ਉਹਨਾਂ ਨੂੰ ਆਪਣਾ ਜਿਹੜਾ ਕੋਰਸ ਆ ਕੰਪਲੀਟ ਕਰਨਾ ਪਵੇਗਾ, ਉਸ ਤੋਂ ਬਾਅਦ ਉਹਨਾਂ ਨੂੰ 1 ਸਾਲ ਦਾ ਉਹ ਮਾਸਟਰ ਕੋਰਸ ਲੈ ਸਕਦੇ ਆ। ਉਹ ਮਾਸਟਰ ਕੋਰਸ ਦੇ ਨਾਲ ਤਾਂ ਉਹ ਸਪਾਊਸ ਨੂੰ ਇਨਵਾਈਟ ਕਰ ਸਕਦੇ ਆ, ਅਤੇ ਨਾਲ ਦੀ ਨਾਲ ਉਹਨਾਂ ਨੂੰ 3 ਸਾਲ ਦਾ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆ ਉਹ ਵੀ ਮਿਲ ਸਕਦਾ। ਇਹ ਸਭ ਤੋਂ ਵਧੀਆ ਰਹਾ ਹੈ। ਹੋਰ ਕੋਈ ਨਵੀਂ ਅਪਡੇਟ ਜਿੱਦਾਂ ਹੀ ਮਿਲਦੀ ਹੈ ਚੈਨਲ ਦੇ ਉੱਤੇ ਸ਼ੇਅਰ ਕਰਦੇ ਰਹਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ। ਧੰਨਵਾਦ ਜੀ ਸਾਰਿਆਂ ਦਾ।